कालू जी दिया हो अखियां दा तारा है, माता त्रिमता दी दराज दिलारा है, के रावली कंधारी बरगे दा तोड़ हंकार गया। ओ बाणी जप के सतगुर नानक ते सत कर तार के आ ते दुनिया नु तार गया। बाबे नानक ने कहंदे मज्जिया सिचारियां लाल होवे ते भागो दियां रोटियां ने ताड़ियां। बाबे नानक ने कहंदे मज्जिया सिचारियां लाल होवे ते भागो दियां रोटियां ने ताड़ियां। मालिक भागो दुखां विच बैठा भाई लालो नू तार गया। ओ बाणी जप के सतगुर नानक ते सत कर तार के आ ते दुनिया नू तार गया। ओ तन तन बाबा तेरी नेक कमाई है, तेरे रुपया दिए चल दी कमाई है। ओ तन तन बाबा तेरी नेक कमाई है, तेरे रुपया दिए चल दी कमाई है। ओ माता त्रिवता दा नूर अलाई ते चन नू वंगार गया। ओ बाणी जप के सतगुर नानक ते सत कर तार के आ ते दुनिया नू तार गया। तेरी दित्ती तू भी दाता एक थां ते चल री, जो भी गल कही ओ भी जमले ने मान ली। तेरी दित्ती तू भी दाता एक थां ते चल री, जो भी गल कही ओ भी जमले ने मान ली। सतगुर ने कीती कृपा ते जट लल कार रहा। ओ बाणी जप के सतगुर नानक ते सत कर तार के आ ते दुनिया नू तार गया। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। तुसी जुड़े हुए हो अकाल चैनल दे नाल, मैं हां मनदीप सिंह, और मेरे नाल कहण दी लोड़ ही नहीं, ਤੁਸੀਂ ਵੀ ਸੁਣ ਲਿਆ ਹੋਣਾ ਬਾਬਾ ਜੀ ਦੀ ਮਿੱਠੀ ਆਵਾਜ਼ ਤਾਂ ਹੋਰ ਵੀ ਸ਼ਬਦ ਸੁਣਦੇ ਆ ਬਾਬਾ ਜੀ ਤੋਂ। ਬਾਬਾ ਜੀ ਵੈਸੇ ਕਿਹੜੇ ਪਿੰਡ ਦੇ ਆ ਤੁਸੀਂ ਤੇ ਕੀ ਨਾਂ ਹੈਗਾ? ਬਲਵੀਰ ਆ ਪਿੰਡ, ਪਿੰਡ ਨਹੀਂ ਬਲਵੀਰ ਨਾਂ ਹੈ, ਤੇ ਜ਼ਿਲ੍ਹਾ ਫਿਰੋਜ਼ਪੁਰ ਆ, ਸਤੀਲ ਜੀਰਾ ਤੇ ਸਨੇਰਾ ਦੇ ਰਹਿਣ ਵਾਲੇ ਆ, ਛੇਵੇਂ ਪਾਤਸ਼ਾਹ ਹੈ ਸਾਡੇ। ਤੇ ਬਾਈ ਜੀ ਰੰਗ ਲੱਗੇ ਪਏ ਆ ਫਿਰ ਉਸੇ ਮਸਜਿਦ ਦੇ ਵਿੱਚ ਤੁਸੀਂ ਗਾ ਰਹੇ ਸੀਗੇ? ਆਹੋ, ਪਰਮਾਤਮਾ ਦੀ ਯਾਦ ਦੇ ਵਿੱਚ ਉਹਦੀ ਕਿਰਪਾ ਹੀ ਆ ਪਾਤਸ਼ਾਹ ਦੀ, ਜਿੱਤ ਪ੍ਰਾਪਤ ਕਰੇ ਪਾਤਸ਼ਾਹ ਤੰਦਰੁਸਤੀਆਂ ਬਾਸ਼ੇ। ਜਿਹੜੇ ਆ ਗੀਤ ਹੈਗੇ ਆ ਪੁਰਾਣੇ ਗੀਤ, ਇਹਨਾਂ ਦੇ ਵਿੱਚ ਬੜਾ ਸਰੂਰ ਹੁੰਦਾ ਸੀ, ਹੈ ਰਸ ਵਾਲੇ ਵੀ। ਇੱਕ ਹੁਣ ਜੀਰੇ ਸਰਕਾਰ ਸਿਰ ਦੀਏ, ਉਹ ਕਦੋਂ ਜਾਵੇ ਦਿੱਲੀ ਕਦੋਂ ਸੁਣੀ ਜਾਵੇ, ਤੇ ਜਿਹੜੀ ਇਹ ਸ਼ਹਿ ਆ ਇਹ ਸਿੱਧੀ ਨਿਰੰਕਾਰ ਨਾਲ ਜੋਤ ਆ। ਨਿਰੰਕਾਰ ਜਿੰਨੇ ਸੀ ਨਾ ਭਗਤ ਜਾਂ ਚੋਰ ਜਾਂ ਠੱਗ, ਸਾਰੇ ਮੁੱਠੀਏ ਲਾ ਤੇ ਮਾਲਕ ਨੇ। ਜਦੋਂ ਮੱਥੇ ਲੱਗਦੇ ਸੀ ਨਾ ਉਦੋਂ ਜੋਤ ਖਿੱਚ ਲੈਂਦੇ ਸੀ ਅਗਲੇ ਦੀ, ਪੱਕਾ ਹੀ ਨਹੀਂ ਰਹਿਣ ਦਾ, ਚਰਨੀ ਡਿੱਗ ਪੈਂਦੇ ਆ ਗਏ, ਇੰਨੀ ਤਾਕਤ ਸੀ। ਕਿਆ ਬਾਤ ਹੈ, ਕਹਿੰਦੇ ਵੀ ਦੁਨੀਆ ਦੀ ਡਾਰਾਂ ਚਈਆਂ ਚੱਲੀਆਂ ਹੱਜ ਨੂੰ, ਤੇ ਆਸ਼ਕਾਂ ਨੇ ਸਿੱਧੀਆਂ ਰੱਬ ਨੂੰ ਪੌੜੀਆਂ ਲਾਈਆਂ। ਉਸੇ ਨੇ ਲਾਈਆਂ, ਅਸੀਂ ਕੌਣ ਲਾਉਣ ਵਾਲੇ ਆ। ਕਰੀਏ ਇਹ ਗਾਉਣ ਦੀ ਚਿੱਟ ਕਦੋਂ ਲੱਗੀ? ਸਾਨੂੰ ਮਾਲ ਚਾਰਦੇ ਸੀ, ਮਾਲ ਚਾਰਦੇ ਸੀ ਤੇ ਵਿਹਲੇ ਬੰਦੇ ਨੂੰ ਗੱਲ ਹੀ ਆਉਂਦੀ ਆ, ਜੇ ਆ ਕਿ ਹੁਣ ਪੰਡ ਚਕਾਈ ਹੋਵੇ ਤੇ ਉਹ ਕਿੱਥੋਂ ਗਾ ਦੂਗਾ। ਵਿਹਲੇ ਸੀਗੇ, ਮਾਲ ਚਾਰਨਾ, ਵਿਹਲੇ ਰਹਿਣਾ, ਸਾਰਿਆਂ ਨੇ ਇਕੱਠੇ ਹੋ ਜਾਣਾ, ਦੂਜਿਆਂ ਨੇ ਆਖਣਾ ਅਸੀਂ ਜ਼ਿਆਦਾ ਗਾਉਣੇ ਆ, ਮੈਂ ਆਖਣਾ ਜ਼ਿਆਦਾ ਗਾਉਣੇ, ਮੈਂ ਜਿੱਤ ਲੈਣਾ ਸਾਰਿਆਂ ਨੂੰ, ਸਾਰਿਆਂ ਨੂੰ ਜ਼ਿਆਦਾ ਆਉਂਦੇ ਸੀ ਮੈਨੂੰ, ਤੇ ਮੈਂ ਮਾਲ ਚਾਰਦੇ ਰਹਿੰਦੇ ਸੀ। ਦੋਸਤੋ, ਬਾਬਾ ਜੀ ਨੇ ਸਹਿਜ ਸੁਭਾਅ ਇੱਕ ਗੱਲ ਕਹੀ ਹੈ ਔਰ ਬੜੀ ਪਤੇ ਦੀ ਗੱਲ ਹੈ ਕਿ ਕਲਾ ਉਦੋਂ ਪੈਦਾ ਹੁੰਦੀ ਹੈ ਜਦੋਂ ਬੰਦੇ ਕੋਲ ਵਕਤ ਹੁੰਦਾ ਹੈ। ਸਾਡੀਆਂ ਸਰਕਾਰਾਂ, ਸਾਡੇ ਸਿਸਟਮ ਨੇ ਸਾਨੂੰ ਇੰਨਾ ਲਤਾੜ ਦਿੱਤਾ, ਸਾਨੂੰ ਰੋਟੀ ਦਾ ਹੀ ਮਸਲਾ ਨਹੀਂ ਹੱਲ ਹੁੰਦਾ, ਬੰਦਾ ਇੰਨਾ ਲਤਾੜਿਆ ਜਾ ਚੁੱਕਿਆ, ਉਹ ਇਹ ਸਮਝਦਾ ਕਿ ਮੈਨੂੰ ਜੇ ਦੋ ਵਕਤ ਦੀ ਰੋਟੀ ਮਿਲ ਜਾਊਗੀ ਤਾਂ ਮੈਨੂੰ ਸਵਰਗ ਦਾ ਸੁੱਖ ਮਿਲ ਗਿਆ, ਉਹ ਇੱਦਾਂ ਸਮਝਦਾ। ਪਰ ਜਿਹੜੀ ਕਲਾ ਹੈਗੀ ਹੈ, ਕਲਾ ਪੈਦਾ ਉਦੋਂ ਹੁੰਦੀ ਹੈ ਜਦੋਂ ਬੰਦੇ ਕੋਲ ਵਕਤ ਹੁੰਦਾ ਹੈ, ਜਦੋਂ ਬੰਦੇ ਕੋਲ ਸਮਾਂ ਹੁੰਦਾ ਹੈ। ਬਹੁਤ ਵੱਡੀ ਬਾਬਾ ਜੀ, ਫਿਰ ਉਹਨਾਂ ਨੇ ਸ਼ਬਦ ਗਾਇਆ ਢੰਡਰੀਆਂ ਵਾਲੇ ਨੇ, ਉਹਦਾ ਭਰਿਆ ਨੂੰ ਭਰਦੀ ਦੁਨੀਆ, ਪੁੱਛਦਾ ਕੌਣ ਗਰੀਬਾਂ ਨੂੰ, ਕਈ ਲੁੱਟਦੇ ਮੌਜ ਬਹਾਰਾਂ, ਕੋਈ ਰੋਹ ਨਸੀਬਾਂ ਨੂੰ, ਕਈ ਤਾਂ ਰੋਟੀ ਨੂੰ ਤਰਸੀ ਜਾਂਦੇ ਆ, ਤੇ ਕਈ ਗਵਾਨੀ ਗਵਾਨੀ ਵਰਗੇ ਸਵੇਰੋਂ ਪੈਸੇ ਗਿਣੀ ਜਾਂਦੇ ਆ, ਉਹਦੀ ਦੇਣ ਆ। ਪਰ ਜਿੱਤ ਪ੍ਰਾਪਤ ਕਰੇ ਪਾਤਸ਼ਾਹ ਫਿਰ ਸਭ ਕੁਝ ਆ ਜੂ ਸਾਨੂੰ। ਬਾਬਾ ਜੀ ਕੋਈ ਹੋਰ ਗੀਤ ਸੁਣਾ ਦਿਓ ਫਿਰ।
वाहेगुरु जी का खालसा वाहेगुरु जी की फतेह। सुता माछी वाले आके सारे कर जे लाके सारा पार तेरे सर तो उदा हो गया अज त्यार तेरे लालांदा विया हो गया अज त्यार तेरे लालांदा विया हो गया। माता बत्तियां दे सिर उत्ता पानी वार दी ठंडे बुरज विच दादी लाला नू शिंगार दी नाले गंगू सी बचोला जी ने रखे आसी ओला केरा छोटे तेरे लाला दा जिदा हो गया अज चार तेरे लाला दा विया हो गया अज चार तेरे लाला दा विया हो गया। केरा जीत तेजदार जंग विच वड़े ने अगे कितने वैरियां दी पाल चढ़े ने ऐसी तेग नवाई कंब गई सी जदाई तेरे दिल वाला पूरा अज चाह हो गया अज चार तेरे लालांदा विया हो गया अज चार तेरे लालांदा विया हो गया। ओ जिथे लगनी सी मेहंदी उते खून लाया है सारा वार परवार कौम नू बचाया है पले कुछ ना बचाया शीस पिता दा लहाया चौक चांदनी दा उच्चा यदना हो गया अज चार तेरे लालांदा विया हो गया अज चार तेरे लालांदा विया हो गया। कैरा जीतिया तवारा रज रज गौन गए ऐदा वारो जिंद जान सब नू बखाण गए सतगुर दा म्यान करो रब वल ध्यान किड्डा जमले दा दुनिया त ना हो गया अज चार तेरे लालांदा विया हो गया अज चार तेरे लालांदा विया हो गया। सुत्ता माछी वाले आके सारे कर जे लाके सारा पार तेरे सर तो उदा हो गया अज चार तेरे लालांदा विया हो गया अज चार तेरे लालांदा विया हो गया। वाहेगुरु जी का खालसा वाहेगुरु जी की फतेह। कहते होंगे दोस्तों कि जो बात दिल से निकलती है वो असर रखती है पर नहीं परवाज मगर रखती है। वाकई जो रूह दे उत्तों रूह दे विच्चों जो कोई गल निकलती है एक जरा कापी तो गाना एक मुंह सर करके गाना उहदा वखरा ही नजारा। ए बाबा जी बड़ी पते दी गल तुसीं दसी जदों दोस्तों ये बड़ी पते दी गल है जदों असीं कापी मूहरे रख लैंदे आ जदों सानूं रीड करना पैंदा तां साडा ध्यान जिहड़ा बिखर जांदा ਤੇ ਆਤਮਕ ਆਨੰਦ ਨਹੀਂ ਆਉਂਦਾ ਭੁੱਲ ਵੀ ਜਾਂਦਾ ਉਹ ਉਵੇਂ ਤਾਜੇ ਪਤੰਗ ਤੁਰੀ ਆਉਂਦੀ ਲੜੀ ਤੁਰੀ ਆਉਂਦੀ ਆ ਮਨ ਨੂੰ ਵੀ ਲੱਗਦਾ ਵੀ ਚੰਗਾ ਬਈ ਬੜਾ ਮਨ ਨੂੰ ਸੋਹਣਾ ਲੱਗਦਾ ਜਿਹੜੀ ਦਾਮੇ ਪਾਤਸ਼ਾਹ ਦੀ ਬਾਹਰ ਆ ਨਾ ਹਰ ਇੱਕ ਨਹੀਂ ਗਾ ਸਕਦਾ ਕਈ ਜਿੰਨਾ ਜ਼ੋਰ ਲੱਗਦਾ ਅਗਲਾ ਤਾਂ ਐਵੇਂ ਗਾਈ ਜਾਂਦਾ ਆਨੇ ਅਰਲੀਆਂ ਹੋ ਜਾਂਦੇ ਆ ਜਦੋਂ ਦਾਮੇ ਪਾਤਸ਼ਾਹ ਦੀ ਵਾਰ ਲੱਗਦੀ ਆ ਤੇ ਜਦੋਂ ਜਿੰਨੇ ਸ਼ੀਟਾਂ ਦੀ ਆ ਨਾ ਪੂਰੀ ਪਾਵਰ ਲਾਵੇਗਾ ਤੈਨੂੰ ਚੰਗਾ ਲੱਗੂਗਾ ਜੇ ਤੂੰ ਢਿੱਲਾ ਜਾ ਗਏਗਾ ਚੰਗੀ ਨਹੀਂ ਲੱਗਣੀ ਕੋਈ ਜੰਗ ਦਾ ਜੋ ਹਾਲ ਹੁੰਦਾ ਜੰਗ ਦਾ ਹਾਲ ਪਰ ਜੰਗ ਜੀ ਵਿਖਾਉਣਾ ਪੈਂਦਾ ਪੂਰਾ ਜ਼ੋਰ ਲਾ ਕੇ। ਬਾਬਾ ਜੀ ਵੈਸੇ ਅਸੀਂ ਖੁਰਾਕ ਵੀ ਪੁੱਛਾਂਗੇ ਤੁਹਾਡੇ ਤੋਂ ਕਿਉਂਕਿ ਰਾਜਨੇਤਾ ਕਹਿੰਦੇ ਵੀ ਸਾਨੂੰ ਤਾਂ ਕਰੋਨਾ ਹੋ ਜਾਣਾ ਪਰ ਸਾਡੇ ਤਾਂ ਬਜ਼ੁਰਗ ਵੀ ਮੈਂ ਕਹਿੰਦਾ ਕਿ ਜਵਾਨਾਂ ਤੋਂ ਵੀ ਪਰੇ ਪਏ ਆ ਤੇ ਪਹਿਲਾਂ ਮੈਂ ਚਾਹੁੰਦਾ ਵੀ ਜਦੋਂ ਅਸੀਂ ਵਾਰ ਦੀ ਗੱਲ ਕੀਤੀ ਆ ਕੋਈ ਵਾਰ ਸੁਣਾ ਦਿਓ ਫਿਰ ਹੈਂ ਵਾਰ ਸੁਣਾ ਦਿਓ ਫਿਰ ਕੋਈ 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 ਵੀ ਜਿਹੜਾ ਜਿਹੜਾ ਅੱਛਾ ਦਿਲ ਕਰਦਾ ਜਿਹੜਾ ਤੁਹਾਡੇ ਜ਼ਿਹਨ ਦੇ ਵਿੱਚ ਇਸ ਵਕਤ ਮਾਹੌਲ ਬਣਿਆ ਹੋਇਆ ਤੁਹਾਡਾ ਦਿਲ ਕਰਦਾ ਉਹ ਸੁਣਾ ਦਿਓ ਕੋਈ ਜ਼ਬਰਦਸਤੀ ਨਹੀਂ ਹੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਬੋਲ ਬੰਦਿਆ ਤੇਰੀ ਦੋ ਦਿਨ ਦੀ ਜਿੰਦਗਾਨੀ ਸਤਨਾਮ ਬੋਲ ਬੰਦਿਆ ਕਾਤੋ ਕਰਦਾ ਮੇਰੀ ਮੇਰੀ ਉਹ ਜਾਂਦੀ ਉਮਰ ਬੀਤਦੀ ਤੇਰੀ
अंत खाक दी ठेरी उड़ जांदा जो बुलबुला पानी सतनाम बोल बंदिया तेरी दो दिन दी जिंदगानी सतनाम बोल बंदिया ओ कारू भर गए भी तुर गए खाली ओ कारू भर गए भी तुर गए खाली ओ माया जोड़ी सी जिन्ना ने गंज चाली ना बनी अंत वेले रखवाली ओ खाली हथी तुर भी गया फिर पल्ले भी लगया ना जवानी सतनाम बोल बंदिया तेरी दो दिन दी जिंदगानी सतनाम बोल बंदिया कई तुर गए बथेरे सोने चन्निया कई तुर गए बथेरे सोने चन्निया ओ काल जिन्ना ने पावे दे नाल बन्निया अखीरी मौत ने तया के मुड पन्निया कई तुर गए दिलां दे दिल जानी सतनाम बोल बंदिया तेरी दो दिन दी जिंदगानी सतनाम बोल बंदिया ओ टिलों लग जा गुरां दे चरनी ओ टिलों लग तू गुरां दे चरनी ओ सुबह शाम नू हाजरी परनी ओ इस दर ते जवान दा डरनी ओ जैव अणखी शर्मिला सिद्धूदानी सतनाम बोल बंदिया तेरी दो दिन दी जिंदगानी सतनाम बोल बंदिया वाहिगुरु जी का खालसा वाहिगुरु जी की फतेह। बाबा जी एक आखिरी बेनती है हुण आखिर दे विचों सुना दे सतगुरु नानक तेरी लीला न्यारी। मैं साह ले लैंदे साह तां लओ तुसीं साह तुहाडे साह नाल साडे साह चल रहे आ। बाबा जी का बहुत धन्यवाद है जी। बाबा जी बहुत चिर दे लगे हुए सी दोस्तों इहदे स्पीकर दे उत्ते भी लगे हुए सीगे फिर क्योंकि एक शरीर है ना शरीर थक भी जाता है सवेर के लगे हुए बाबा जी तो फिर असी आ गए सो बाबा जी ने पानी पुनी पिला दिए हुण। बाबा जी तो बहुत मेहर आ परमात्मा दी और जिस तरीके दे नाल कहिंदे हुंदे आ भी बनावटी जदों गल आ जांदी ना आर्टिफिशियल गल आ जांदी उहदे विच रस नहीं रहिंदा पर एक हुंदा रब दे रंग दे विच गाई जाणा कोई परवाह नहीं भी दस्तार किदां दी बन्नी हुई है कोई परवाह नहीं कपड़े किदां दे पाए हुए है कोई परवाह नहीं कि मैं लग किदां दा रहा और रब दे रंग दे विच जदों बंदा रंग जांदा फिर उहदा स्वाद ही वखरा हुंदा। मैं ना ज्यों माल चारिया काम कीता टोर तां कढ्या ही नहीं ना जराबां नहीं पाईआं जिदन मैं विआह सी मेरा उदन ही जराबां पाईआं। बाबा जी कहिंदे हुंदे आ भी बाबा जी कहिंदे हुंदे आ कि कुछ लोग बाबा जी कहिंदे हुंदे आ कि कुछ लोग जमाने के साथ साथ चलते हैं और कुछ होते हैं जो जमाने को बदल देते हैं। हमको बदल दे ये जमाना इस जमाने में दम नहीं हमसे ये जमाना खुद है हम जमाने से नहीं। जदों बदल जाता ना उदों आ जड़ी ढांचा भी नहीं रहना गुरु की डूंगी गल और ना सुनाऊंगा जो फैजल से हो गया गल मननी पेगी इसे छादे रहेंगे तो इवें कर पाओगी मूँह जबानी बाणी सुनाई जाऊंगा मूँह जबानी उमें आऊगी एक हूँ ग्रंथ तो वेख के पढ़ना एक उमें दस देनी गल कहते होंगे भी बाणी कंठ तो पैसा गंठ है जी। बाबा जी पानी पी पी लैन दी आप हूँ थोड़ा जा होर लिया बाबा जी। बाबा जी सेवा भी करा कोई नहीं बाबा जी लत्तां लत्तां घुटा गे तुहाडिया वाहेगुरु जी का खालसा वाहेगुरु जी की फतेह। सतगुरु नानक तेरी लीला निहारी है रीजा लाला बिंदी दुनिया सारी है भुल भुलेखे मुड़के फेरा पा जावी ओ चारे कूट हनेरा जोत जगा जावी बाणी दी थां फैशन चढ़ी खमारी जै सतगुर नानक तेरी लीला न्यारी जै कौडे नाल वध के हुण वी राक्ष ने ओ कूड़ कमांदे फिरदे झूठे आशक ने छड़ जाना न्यों लाके की दरदारी जै सतगुर नानक तेरी लीला न्यारी जै तेरे इत्थे बंदे आदम खाने ने
ओ सजन नालों वध के ठग सियाने ने सदने दे हाथ मुड़ के फड़ी कटारी है। सतगुर नानक तेरी लीला न्यारी है। भागो वर्गिया लोका लुट मचाई है। ओ हक बगाना खाना की वड्याई है। आजो मौजूदा वे जो हंकारी है। सतगुर नानक तेरी लीला न्यारी है। तू खुशिया दी खेती हाल चलांदा सै। ओ दसानवां दी किरत कमाई खांदा सै। ताइयो तेरी शोभा हर शा पारी है। सतगुर नानक तेरी लीला न्यारी है। जट दी तार दीवानी पै कर लांदी है। ओ या दुनिया दे वाली तरले पांदी है। दुख बछोड़े तेरे दखियारी है। सतगुर नानक तेरी लीला न्यारी है। सतगुर नानक तेरी लीला न्यारी है। रीजा ला लवेंदी दुनिया सारी है। वाहिगुरु जी का खालसा। वाकई दोस्तों सच्ची गल है कि सतगुरु नानक तेरी लीला न्यारी है, रीजा ला लवेंदी दुनिया सारी है। क्योंकि इस वक्त सोचा नहीं सी जो इस वक्त बन गया है। इस वक्त रंग लगे पे ने दिल्ली के बार्डर के उत्ते। किसी ने उम्मीद नहीं की थी कि यह जोड़ा संघर्ष है इन्ना लम्मा चल पाऊगा और इस तरीके चल पाऊगा, इन्नी शांतिपूर्ण तरीके चल पाऊगा। बाकी कह सकते हैं कि इसमें कोई मनुख नहीं चला रहा, कुदरत कर रही है। कुदरत कर रही है, कुदरत है। कुदरत तेरी मालका बड़े न्यारे रंग भीख मंगावे बादशाह तख्त पावे नंग। ये हुण नंग हो जाऊगा मोदी अपनी चढ़ाई फिर रहनी उवें सदा रहनी है। कौन जिहड़ा गुरु नूं मन्नण वाला वह कदे किसी तो हरदा नहीं, ना वह दबदा, ना कहदी वह कहदी फरमायश मानदा जां डर मानदा। उहदी ਖੁਆਰ ਹੋਏ ਤਾਂ ਮਿਲੇਗੇ ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸ਼ਰਦਾ ਗੁਰ ਸੇਵ ਦੇ ਗੁਰ ਪਾਰ ਪਾਰ ਉਤਾਰਨ ਹਾਰ ਆਪੇ ਪਾਰਨ ਤਾਰੇ ਕਰੂਗਾ। ਆਪਾਂ ਕੌਣ ਕਰਨ ਵਾਲੇ ਆ ਪਾਤਸ਼ਾਹ ਉਹਦੇ ਬੇਅੰਤ ਆ। ਕਹੋ ਨਾਨਕ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਕਿਉਂ ਵਰਨਾ ਕੋ ਸਾਂਝਾ। ਉਹਦੇ ਹੁਕਮ ਦੇ ਨਾਲ ਹੀ ਆ ਸਭ ਜਣੇ, ਹੁਕਮ ਦੇ ਨਾਲ ਹੀ। ਔਰ ਕਹਿੰਦੇ ਆ ਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜਿੰਨਾ ਮਰਜ਼ੀ ਕੋਈ ਦੌੜ ਦੇਵੇ ਸਭ ਨੇ ਛਾਲਾਂ ਮਾਰੀਆਂ, ਪਰ ਕਰਤਾ ਕਰੇ ਸੋ ਹੋਏ। ਛਾਲਾਂ ਸਾਰੇ ਮਾਰਦੇ ਆ ਪਰ ਜਦੋਂ ਨੇ ਕਰਨਾ ਹੈ ਉਹਦੇ ਕਿਸੇ ਨੂੰ ਉਹਦੇ ਹੁਕਮ ਬਗੈਰ ਪੱਤਾ ਵੀ ਨਹੀਂ ਹਿੱਲ ਸਕਦਾ। ਸੋ ਇਸੇ ਅਰਦਾਸ ਦੇ ਨਾਲ ਕਿ ਤੁਸੀਂ ਵੀ ਅਰਦਾਸ ਕਰਿਓ ਜੇ ਉੱਥੇ ਬੈਠੇ ਹੋ। ਅਸੀਂ ਵੀ ਅਰਦਾਸ ਕਰ ਰਹੇ ਹਾਂ ਕਿ ਜਿਹੜਾ ਮਸਲਾ ਹੈਗਾ ਛੇਤੀ ਹੱਲ ਹੋਵੇ। ਪਰ ਮੈਂ ਕਹਿ ਤਾਂ ਰਿਹਾ ਛੇਤੀ ਹੱਲ ਹੋਵੇ, ਪਰ ਦਿਲ ਨਹੀਂ ਕਰਦਾ ਵੀ ਛੇਤੀ ਹੱਲ ਹੋਵੇ, ਕਿਉਂਕਿ ਇੰਨਾ ਆਨੰਦ ਬਣਿਆ ਹੋਇਆ ਇਹੋ ਜਿਹੀਆਂ ਰੂਹਾਂ ਦੇ ਨਾਲ ਅਸੀਂ ਮਿਲ ਗਏ ਹਾਂ। ਸ਼ਾਇਦ ਸਾਰੀ ਜ਼ਿੰਦਗੀ ਨਹੀਂ ਮਿਲ ਹੋਣਾ ਸੀਗਾ ਸਾਡੇ ਕੋਲੋਂ। ਪਰਮਾਤਮਾ ਬਾਬਾ ਜੀ ਦੀ ਵੀ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਹ ਜਿਹੜੀ ਫਤਿਹ ਬਣਾਉਣਾ ਨਾ ਇਹਦੇ ਨਾਲ ਭੁੱਲਦਾ ਨਹੀਂ ਬੰਦਾ, ਆਪ ਵੀ ਬਣ ਜਾਂਦਾ। ਉਹ ਅੱਗੇ ਦੱਸੀ ਜਾਂਦਾ ਵੀ ਹੁਣ ਤੂੰ ਚੱਕੀ ਆ ਫਟੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰਾ ਰਾਹ ਹੈ ਜੱਗ ਤੋਂ ਨਿਆਰਾ ਲੱਗਦਾ, ਪਾਂਦੇ ਤੋਂ ਪੜੇ ਨੇ ਆਇਆ ਰੂਪ ਰੱਬ ਦਾ। ਤੇਰਾ ਰਾਹ ਹੈ ਜੱਗ ਤੋਂ ਨਿਆਰਾ ਲੱਗਦਾ, ਪਾਂਦੇ ਤੋਂ ਪੜੇ ਨੇ ਆਇਆ ਰੂਪ ਰੱਬ ਦਾ। ਉਹ ਨਾਨਕਾ ਤੂੰ 35 ਕਹਿੰਦਾ ਯਾਦ ਕਰ ਲੈ, ਇੱਕ ਇੱਕ ਅੱਖਰ ਦਾ ਅਰਥ ਕਰ ਦੇ, ਇੱਕ ਇੱਕ ਅੱਖਰ ਦਾ ਅਰਥ ਕਰ ਦੇ। ਬੜਾ ਬੈਠਾ ਸੋਹਣਾ ਹਾਣੀਆਂ 'ਚ ਫੱਬਦਾ, ਬੜਾ ਬੈਠਾ ਸੋਹਣਾ ਹਾਣੀਆਂ 'ਚ ਫੱਬਦਾ, ਪਾਂਦੇ ਤੋਂ ਪੜਨ ਆਇਆ ਰੂਪ ਰੱਬ ਦਾ। ਤੇਰਾ ਰਾਹ ਹੈ ਜੱਗ ਤੋਂ ਨਿਆਰਾ ਲੱਗਦਾ, ਪਾਂਦੇ ਤੋਂ ਪੜਨ ਆਇਆ ਰੂਪ ਰੱਬ ਦਾ। ਉਹ ਪਾਂਦਾ ਦੇਖ ਨੂਰ ਚਰਨਾਂ 'ਤੇ ਟਹਿ ਗਿਆ, ਸ਼ੌਂਕੀ ਜੰਡਿਆਲੇ ਵਾਲਾ ਸੱਚ ਕਹਿ ਗਿਆ, ਸ਼ੌਂਕੀ ਜੰਡਿਆਲੇ ਵਾਲਾ ਸੱਚ ਕਹਿ ਗਿਆ। ਤੇਰਾ ਰਾਹ ਹੈ ਜੱਗ ਤੋਂ ਨਿਆਰਾ ਲੱਗਦਾ, ਪਾਂਦੇ ਤੋਂ ਪੜਨ ਆਇਆ ਰੂਪ ਰੱਬ ਦਾ। ਤੇਰਾ ਰਾਹ ਹੈ ਜੱਗ ਤੋਂ ਨਿਆਰਾ ਲੱਗਦਾ,
पांदे तो पढ़न आया रूप रब दा ओ आया सी पढ़न पांदे नू पढ़ाया एक एक अखर दा सवाल पाए एक एक अखर दा सवाल पाए ओ ता मैनू जापदा है वाली जगदा ओ ता मैनू जापदा है वाली जगदा पांदे तो पढ़न आया रूप रब दा पांदे तो पढ़न आया रूप रब दा वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह। उम्मीद करते हैं जी बाबा जी ने जो कुछ सुनाया हैगा थोड़े दिल तक पहुंचा होना, मैनू भी बहुत चंगा लग्या हैगा। अरदास करियो जिवें पहला किया भी मसला। हां जी हौसला बधाई भी कह जाया कर हौसला बधाई तां थोनू कहण दी लोड़ नहीं, थोड़ी चढ़दी कला है ना। आपां सेहतयाबी दी अरदास संगत नहीं कर देनी है हुण, क्योंकि मैं कहा ना पहला भी कई शख्सियतां इहो जिहियां हुंदियां उन्हां कुछ कहना नहीं पैंदा। थोड़े गीत सुन के ही मैं कहा ना दिलां तक पहुंच गया, मेरे दिल तक पहुंच गया। तुसीं मैनूं बुलाया नहीं सीगा, आप मैं आपे आ गया है ना जी। जिहदे विच गुण हुंदा फिर कहिंदे हुंदे ना शायद कोल तां मक्खियां आपे आ जांदियां, साडी वर्गी मक्खियां तुहाडे कोल आ जांदियां। गुण बन कीते भगत ना होए, जदों गुण ही कोई नहीं भगत किवें कुआ लूंगा, भगत गुणा ना ही हुंदा भगत। ते सब गुण तेरे मैं ना ही कोई, सारे गुण भी ओदे ही आ। सो इसे अरदास दे नाल दोस्तो इजाजत चाहुंदे हां जी। वेखदे रहो अकाल चैनल, मैनू यानी कि मनदीप सिंह नूं और मेरे वीडियो जर्नलिस्ट सरदार जजविंदर सिंह नूं दिओ इजाजत। वाहिगुरु जी का खालसा जी। फतेह बुला दी, हां जी कोई नहीं, फतेह बुला दी। खालसा वाहिगुरु।